ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ ਸਪੈਕਟਰਮ ਤੇ ਆਰਥੀਅਨ ਕੇਬਲ ਨੈਟਵਰਕਸ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, ਰੋਕੂ TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿੱਥੇ ਅੱਜ ਅਸੀਂ ਪਹਿਲਾਂ ਵੱਡੇ ਸਾਹਿਬਜ਼ਾਦਿਆਂ ਦਾ, ਚਮਕੌਰ ਸਾਹਿਬ ਦੇ ਸ਼ਹੀਦਾਂ ਦਾ ਅਤੇ ਅੱਜ ਛੋਟੇ ਸਾਹਿਬਜ਼ਾਦਿਆਂ ਦਾ, ਮਾਤਾ ਗੁਜਰੀ ਜੀ ਦੇ ਸ਼ਹਾਦਤ ਦੇ ਦਿਵਸ ਨੂੰ ਅੱਜ ਸਿੱਖ ਕੌਮ ਯਾਦ ਕਰ ਰਹੀ ਹੈ, ਉੱਥੇ ਹੀ ਇਹਨਾਂ ਦਿਨਾਂ ਦੇ ਵਿੱਚ ਪਿਛਲੇ ਦਿਨਾਂ ਦੀਆਂ ਜਦੋਂ ਅਸੀਂ ਡਿਵੈਲਪਮੈਂਟਸ ਦੇਖਦੇ ਹਾਂ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਅਕਾਲ ਤਖ਼ਤ ਦੇ ਜਿਹੜੇ ਮੌਜੂਦਾ ਜਥੇਦਾਰ ਨੇ, ਗਿਆਨੀ ਗੁਰਬਚਨ ਸਿੰਘ, ਉਹਨਾਂ ਵੱਲੋਂ ਇਹ ਡਾਇਰੈਕਟਿਵ ਦਿੱਤਾ ਗਿਆ ਸੀ ਕਿ ਜਿਹੜੀਆਂ ਫਤਿਹਗੜ੍ਹ ਸਾਹਿਬ ਦੇ ਜੋੜ ਮੇਲੇ ਤੇ ਸਿਆਸੀ ਕਾਨਫਰੰਸਾਂ ਹੁੰਦੀਆਂ ਨੇ ਉਹ ਨਾ ਕੀਤੀਆਂ ਜਾਣ, ਜਿੱਥੇ ਜਿਹੜੀਆਂ ਰਵਾਇਤੀ ਇਸ ਵਕਤ ਪਾਵਰ ਦੇ ਵਿੱਚ ਪੰਜਾਬ ਦੇ ਵਿੱਚ ਪੋਲੀਟੀਕਲ ਪਾਰਟੀਜ਼ ਨੇ, ਉਹ ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਹੋਵੇ ਜਾਂ ਅਕਾਲੀ ਦਲ ਬਾਦਲ ਭਾਜਪਾ ਹੋਵੇ, ਉਹਨਾਂ ਵੱਲੋਂ ਇਸ ਲਾਈਨ ਦਾ ਸਮਰਥਨ ਵੀ ਕੀਤਾ ਗਿਆ ਅਤੇ ਆਪਣੀਆਂ ਜਿਹੜੀਆਂ ਸਿਆਸੀ ਕਾਨਫਰੰਸਾਂ ਸੀ ਉਹਨਾਂ ਨੂੰ ਉਹਨਾਂ ਵੱਲੋਂ ਨਹੀਂ ਕੀਤੀਆਂ ਗਈਆਂ। ਪਰ ਦੂਜੇ ਪਾਸੇ ਜਦੋਂ ਸਿੱਖ ਜਗਤ ਦੇ ਵਿੱਚ ਇੱਕ ਇਹ ਗੱਲ ਵੀ ਦੇਖਣ ਨੂੰ ਮਿਲੀ ਹੈ ਕਿਤੇ ਨਾ ਕਿਤੇ ਇਸ ਡਾਇਰੈਕਟਿਵ ਨੂੰ, ਇਸ ਕਦਮ ਨੂੰ ਮੀਰੀ ਪੀਰੀ ਦੇ ਸਿਧਾਂਤ ਨੂੰ ਖੋਰਾ ਲਾਉਣ ਦੀ ਲਾਈਨ ਵਜੋਂ ਵੀ ਦੇਖਿਆ ਜਾ ਰਿਹਾ ਹੈ। ਇਸੇ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਫਤਿਹਗੜ੍ਹ ਸਾਹਿਬ ਦੇ ਜੋੜ ਮੇਲੇ 'ਤੇ ਮੀਰੀ ਪੀਰੀ ਸ਼ਹੀਦੀ ਦਿਹਾੜਾ ਮਨਾਇਆ ਗਿਆ, ਮੀਰੀ ਪੀਰੀ ਸ਼ਹੀਦੀ ਕਾਨਫਰੰਸ ਕੀਤੀ ਗਈ ਹੈ। ਸੋ ਇਹ ਐਗਜੈਕਟਲੀ ਕੀ ਮਸਲਾ ਹੈ, ਸਿੱਖ ਨੈਰੇਟਿਵ ਤੋਂ ਇਹਦਾ, ਇਸ ਡਾਇਰੈਕਟਿਵ ਦੀ ਕੀ ਅਹਿਮੀਅਤ ਕੀ ਹੈ, ਕੀ ਇਹ ਸੱਚਮੁੱਚ ਮੀਰੀ ਪੀਰੀ ਦੇ ਸਿਧਾਂਤ ਨੂੰ ਖੋਰਾ ਲਾਇਆ ਜਾ ਰਿਹਾ ਹੈ, ਕਿਸ ਨੀਤੀ ਦੇ ਤਹਿਤ ਇਹ ਜਿਹੜਾ ਡਾਇਰੈਕਸ਼ਨ ਹੈ ਉਹ ਲਈ ਗਈ ਹੈ ਅਤੇ ਅੱਗੇ ਜਾ ਕੇ ਇਹਦੇ ਜਿਹੜੇ ਪ੍ਰਭਾਵ ਨੇ ਉਹ ਕੀ ਪੈ ਸਕਦੇ ਨੇ, ਇਸ ਬਾਬਤ ਅਸੀਂ ਅੱਜ ਗੱਲਬਾਤ ਕਰਾਂਗੇ। ਇਹ ਸਾਰੀ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪ੍ਰੋਫੈਸਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਅਮਰਵੀਰ ਸਿੰਘ ਜੀ। ਪ੍ਰੋਫੈਸਰ ਸਾਹਿਬ, ਜਿੱਥੇ ਅਸੀਂ, ਮੈਂ ਜਿਵੇਂ ਇੰਟਰੋਡਕਸ਼ਨ ਦੇ ਵਿੱਚ ਵੀ ਮੈਂਸ਼ਨ ਕੀਤਾ ਕਿ ਜਿਹੜੀ ਇਹ ਲਾਈਨ ਲਈ ਗਈ ਹੈ ਕਿ ਸਿਆਸੀ ਕਾਨਫਰੰਸਾਂ ਗੁਰਦੁਆਰਿਆਂ ਦੇ ਵਿੱਚ ਜਾਂ ਜਿਹੜੇ ਸਿੱਖ ਹਿਸਟਰੀ ਦੇ ਨਾਲ ਰਿਲੇਟਡ ਸਮਾਗਮ ਹੁੰਦੇ ਆ ਉਹਨਾਂ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ, ਇਹਨੂੰ ਡਿਫਾਈ ਕਰਦਿਆਂ ਤੁਹਾਡੇ ਵੱਲੋਂ, ਤੁਹਾਡੀ ਪਾਰਟੀ ਵੱਲੋਂ, ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਹਦੀ ਨਿਖੇਧੀ ਕਰਦਿਆਂ ਜਿਹੜੀ ਮੀਰੀ ਪੀਰੀ ਸ਼ਹੀਦੀ ਕਾਨਫਰੰਸ ਹੈ ਉਹ ਫਤਿਹਗੜ੍ਹ ਸਾਹਿਬ ਵਿਖੇ ਕੀਤੀ ਗਈ ਹੈ, ਸੋ ਤੁਹਾਡਾ ਇਹਦੇ 'ਤੇ ਕੀ ਟੇਕ ਹੈ, ਤੁਸੀਂ ਜਿਹੜਾ ਇਹ ਡਾਇਰੈਕਸ਼ਨ ਆਇਆ ਸੀ ਉਹਦੀ ਵਿਰੋਧਤਾ ਕਿਉਂ ਕੀਤੀ ਹੈ ਅਤੇ ਕੀ ਸਮਝਦੇ ਹੋ ਇਸ ਸਾਰੇ ਪਾਰਟ ਨੂੰ ਜਦੋਂ ਅਸੀਂ ਸਿੱਖ ਨੈਰੇਟਿਵ ਤੋਂ, ਸਿੱਖ ਨੁਕਤਾ ਨਿਗਾਹ ਤੋਂ ਦੇਖਦੇ ਹਾਂ? ਹਾਂਜੀ, ਪਹਿਲਾਂ ਤਾਂ ਮੈਂ ਅੱਜ ਦਾ ਦਿਨ, ਕਿਉਂਕਿ ਸ਼ਹੀਦੀ ਦਾ ਦਿਨ ਹੈ ਤੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਮੋਤੀ ਰਾਮ ਮਹਿਰਾ ਜੀ, ਬਾਬਾ ਟੋਡਰ ਮਾਈ ਜੀ, ਇਹਨਾਂ ਨੂੰ ਨਮਸਕਾਰ ਕਰਦਿਆਂ ਹੋਇਆਂ ਮੈਂ ਅੱਜ ਦੀ ਗੱਲਬਾਤ ਸ਼ੁਰੂ ਕਰਦਾ। ਜਿਵੇਂ ਤੁਸੀਂ ਪੁੱਛਿਆ ਕਿ ਇੱਕ ਤੁਸੀਂ ਇੰਟਰੋਡਕਸ਼ਨ ਚ ਕਿਹਾ ਵੀ ਹੈਗਾ, ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਵੱਲੋਂ ਇਹ ਗੱਲ ਜਿਹੜੀ ਹੈ ਡਾਇਰੈਕਟ ਦਿੱਤਾ ਗਿਆ, ਕਿਉਂਕਿ ਸਰਦਾਰ ਗੁਰਬਚਨ ਸਿੰਘ ਜੀ ਨੂੰ ਅਸੀਂ ਸਾਬਕਾ ਜਥੇਦਾਰ ਮੰਨਦੇ ਹਾਂ। ਸ਼ਬਦ ਖਾਲਸਾ ਜਿਹੜਾ 2015 ਚੱਬੇ ਦੀ ਧਰਤੀ ਤੇ ਹੋਇਆ,
ਰਿਹਾ ਸੀ ਜੀ, ਉਹਨਾਂ ਨੇ ਇਹਨਾਂ ਨੂੰ ਮਤਲਬ ਕਹਿਣ ਤੋਂ ਗੱਦੀਆਂ ਤੋਂ ਲਾ ਦਿੱਤਾ ਸੀ ਸਿੱਖ ਜਗਤ ਨੇ। ਸੋ ਉਸ ਤੋਂ ਬਾਅਦ ਜਿਹੜੀ ਅਸਲੀ ਗੱਲ ਹੈ ਜਿਹੜੀ ਤੁਸੀਂ ਮੁੱਦੇ ਦੇ ਰੂਪ ਚ ਅੱਜ ਲਈ ਹੈ, ਮੈਂ ਪਾਰਟੀ ਦੇ ਨੁਮਾਇੰਦੇ ਦੇ ਤੌਰ ਤੇ ਬਹੁਤ ਸਪਸ਼ਟ ਰੂਪ ਚ ਇਹ ਗੱਲ ਕਹਿ ਸਕਦਾ ਕਿ ਇੱਕ ਤਾਂ ਇਹ ਸੋਚ ਜਿਹੜੀ ਹੈ ਅੱਜ ਹਿੰਦੁਸਤਾਨ ਤੇ ਭਾਰੂ ਹੋਈ ਹੋਈ ਹੈ, ਜਿਹਨੂੰ ਅਸੀਂ ਹਿੰਦੂਤਵੀ ਸੋਚ ਕਹਿੰਦੇ ਹਾਂ ਜਾਂ ਬ੍ਰਾਹਮਣੀ ਜਾਂ ਮਨੁਵਾਦੀ ਸੋਚ ਕਹਿੰਦੇ ਹਾਂ, ਇਹ ਸਿੱਖਾਂ ਦਾ ਜਿਹੜਾ ਸਿਧਾਂਤਕ ਰੂਹ ਹੈ ਉਹਨੂੰ ਖਤਮ ਕਰਨਾ ਚਾਹੁੰਦੇ ਨੇ। ਉਹਦੇ ਵਿੱਚ ਸਾਡਾ ਜਿਹੜਾ ਮੇਨ ਚੀਜ਼ ਹੈ ਸਿੱਖ ਧਰਮ ਦੀ, ਉਹ ਹੈ ਅਸੀਂ ਮੀਰੀ ਪੀਰੀ ਦੇ ਸੰਕਲਪ ਨੂੰ, ਸਿਧਾਂਤ ਨੂੰ ਗੁਰੂ ਨਾਨਕ ਦੇ ਚਰਨਾਂ ਨਾਲ ਜੁੜ ਕੇ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੁੰਦੇ ਹਾਂ ਤੇ ਜਿਉਂਦੇ ਹਾਂ ਜੀ। ਉਹੀ ਗੱਲ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਿਖਾਈ ਹੈ ਜਦੋਂ ਬਾਬਰ ਨੂੰ ਜਾਬਰ ਕਿਹਾ, ਤੇ ਉਹੀ ਗੱਲ ਅੱਜ ਦੇ ਟਾਈਮ ਦੇ ਵਿੱਚ ਸੰਤ ਭਿੰਡਰਾਂ ਵਾਲੇ ਤੇ ਸਾਡੀ ਪਾਰਟੀ ਜਿਹੜੀ ਆ ਉਹ ਕਰ ਰਹੀ ਹੈ। ਹੁਣ ਮੈਂ ਇਹ ਦੇਖਦਾ ਕਿ ਪਾਰਟੀ ਦੇ ਸਾਡੇ ਇਹਦੇ ਤੇ ਵਿਚਾਰਾਂ ਵੀ ਹੋਈਆਂ ਨੇ, ਸਾਡਾ ਤਜਰਬਾ ਵੀ ਇਹ ਗੱਲ ਕਹਿੰਦਾ ਹੈ ਕਿ ਹਿੰਦੁਸਤਾਨੀ ਸਰਕਾਰ ਜਿਹੜੀ ਹੈ ਇਹ ਜਿੰਨੇ ਵੀ ਇਹਨਾਂ ਨੂੰ ਮੈਂ ਲਫ਼ਜ਼ ਦੱਲੇ ਵਰਤਦਾ ਹੁੰਦਾ, ਇਹ ਜਿਹੜੇ ਦਲਾਲ ਨੇ ਆਪਣਾ ਕਹਿਣ ਤੋਂ ਸੂਬੇਦਾਰ ਅਮਰਿੰਦਰ ਸਿੰਘ ਹੋਣ, ਚਾਹੇ ਬਾਦਲ ਹੋਵੇ, ਚਾਹੇ ਕੇਜਰੀਵਾਲ ਦੀ ਪਾਰਟੀ ਹੋਵੇ, ਇਹ ਬੰਦੇ ਜਿਹੜੇ ਨੇ ਇਹ ਹਿੰਦੂਤਵਾ ਨੂੰ ਦੀ ਗੁਲਾਮੀ ਨੂੰ ਸਵੀਕਾਰ ਕਰਕੇ ਰਾਜਨੀਤੀ ਕਰਦੇ ਨੇ ਜੀ। ਅਸੀਂ ਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਿੱਖ ਰਾਜਨੀਤੀ ਨੂੰ ਮੁੱਖ ਰੱਖ ਕੇ ਰਾਜਨੀਤੀ ਕਰਦੇ ਹਾਂ। ਸੋ ਇਹ ਜਿਹੜੀ ਚਾਲ ਸੀ, ਮੈਂ ਕੱਲ ਆਪਣੇ ਭਾਸ਼ਣ ਵਿੱਚ ਵੀ ਫਤਿਹਗੜ੍ਹ ਸਾਹਿਬ ਇਹ ਗੱਲ ਬੇਨਤੀ ਰੂਪ ਚ ਸੰਗਤ ਨਾਲ ਸਾਂਝੀ ਕੀਤੀ ਹੈ ਕਿ ਜਿਹੜੇ ਲੋਕ ਉੱਠ ਕੇ ਆਏ ਸੀ ਇੱਥੇ ਮੁਜ਼ਾਹਰਾ ਕਰ ਰਹੇ ਸੀ, ਇਹਨਾਂ ਸਿਆਸੀ ਕਾਨਫਰੰਸਾਂ ਨੂੰ ਰੋਕਣ ਦੀ ਗੱਲ ਕਰ ਰਹੇ ਸੀ, ਕੀ ਉਹ ਭੇਜੇ ਗਏ ਸੀ ਜਾਂ ਉਹਨਾਂ ਦੇ ਆਉਣ ਕਰਕੇ ਇਹ ਜਿਹੜੀਆਂ ਨੇ ਕਾਨਫਰੰਸਾਂ ਕੈਂਸਲ ਹੋਈਆਂ ਨੇ? ਤਾਂ ਸਾਡਾ ਜਿਹੜਾ ਇਹਦੇ ਚ ਰਿਜ਼ਲਟ ਹੈ ਉਹ ਇਹ ਹੈ ਕਿ ਇਹ ਪਲੈਨਿੰਗ ਜਿਹੜੀ ਹੈ ਇਹ ਕਿਤੇ ਨਾਗਪੁਰ ਤੇ ਦਿੱਲੀ ਦੇ ਵਿੱਚ ਹੋਈ ਹੈ ਕਿ ਇਹਨਾਂ ਦਾ ਮੂੰਹ ਕਿਵੇਂ ਬੰਦ ਕੀਤਾ ਜਾਵੇ ਤੇ ਇਹਨਾਂ ਨੂੰ ਸਿਧਾਂਤਕ ਤੌਰ ਤੇ ਮੀਰੀ ਪੀਰੀ ਤੋਂ ਡੀਰੇਲ ਕਰ ਦਿੱਤਾ ਜਾਵੇ ਜੀ। ਸੋ ਉਹਦਾ ਰਿਜ਼ਲਟ ਇਹ ਹੋਇਆ ਕਿ 24 ਘੰਟੇ ਵਿੱਚ ਇਹਨਾਂ ਨੇ ਸਾਬਕਾ ਜਥੇਦਾਰ ਤੋਂ ਹੁਕਮ ਵੀ ਜਾਰੀ ਕਰਾਤਾ ਤੇ ਉਹਨੂੰ ਮੰਨ ਵੀ ਲਿਆ, ਆਮ ਆਦਮੀ ਪਾਰਟੀ ਪਹਿਲਾਂ ਹੀ ਮੰਨ ਗਈ। ਸੋ ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਇੰਨੀਆਂ ਵੱਡੀਆਂ ਰਾਜ ਕਰਦੀਆਂ ਧਿਰਾਂ ਇੱਕਦਮ ਇਹ ਫੈਸਲਾ ਇਹਨਾਂ 10-20-50 ਬੰਦਿਆਂ ਦੇ ਕਹਿਣ ਤੇ ਨਹੀਂ ਲੈ ਸਕਦੀਆਂ। ਅਸਲ ਵਿੱਚ ਉਹਨਾਂ ਦੇ ਹੀ ਭੇਜੇ ਹੋਏ ਇਹ ਬੰਦੇ ਸੀ, ਚਾਹੇ ਇਹਨਾਂ ਬੰਦਿਆਂ ਨੂੰ ਪਤਾ ਵੀ ਨਾ ਹੋਵੇ ਜੀ, ਬਟ ਪਲੈਨਿੰਗ ਦੇ ਵਿੱਚ ਉਹ ਮਤਲਬ ਕਿ ਉਹਨਾਂ ਵੱਲੋਂ ਭੇਜੇ ਗਏ ਸੀ। ਤੇ ਅਸੀਂ ਇਸ ਚੀਜ਼ ਨੂੰ ਬਾਖੂਬੀ ਸਮਝਦੇ ਹਾਂ ਕਿ ਸਾਨੂੰ 84 ਤੋਂ ਪਹਿਲਾਂ ਸਨ ਜਰਨੈਲ ਸਿੰਘ ਜੀ ਨੂੰ ਬਹੁਤ ਜ਼ਿਆਦਾ ਇਹ ਜਿਹਾ ਚਾਲਾਂ ਦੇ ਵਿੱਚੋਂ ਨਿਕਲਣਾ ਪਿਆ। ਫਿਰ 89 ਜਦੋਂ ਸਾਡੀ ਸੋਚ ਨੂੰ ਜਿੱਤ ਮਿਲੀ, ਉਸ ਤੋਂ ਬਾਅਦ 91 ਚ ਜਦੋਂ ਜਿਸ ਤਰੀਕੇ ਦੇ ਨਾਲ ਇਲੈਕਸ਼ਨਾਂ ਕੈਂਸਲ ਕੀਤੀਆਂ ਗਈਆਂ, 92 ਚ ਬਾਇਕਾਟ ਕਰਾਇਆ ਗਿਆ, ਆ ਹੁਣ ਅੱਡ ਧਿਰਾਂ ਕਦੇ ਮਨਪ੍ਰੀਤ ਨੂੰ ਅੱਗੇ ਲਿਆ ਕੇ ਕਦੇ ਕੇਜਰੀਵਾਲ ਨੂੰ ਅੱਗੇ ਲਿਆ ਕੇ ਇਹ ਤੀਜੀ ਧਿਰ ਨੂੰ ਜਿਹੜਾ ਹੈ ਸੋਚ ਨੂੰ ਅੱਗੇ ਨਹੀਂ ਆਉਣ ਦਿੰਦੇ। ਇਹ ਉਸੇ ਦੀ ਹੀ ਇੱਕ ਚਾਲ ਸੀ ਜਿਸ ਨੂੰ ਅਸੀਂ ਬਿਲਕੁਲ ਸਿੱਖ ਸੋਚ ਮੁਤਾਬਕ ਨਕਾਰਦਿਆਂ ਹੋਇਆ ਮੀਰੀ ਪੀਰੀ ਸ਼ਹੀਦੀ ਇਕੱਠ ਜਿਹੜਾ ਹੈ ਉਹ ਅਸੀਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆਪਣੀ ਸੰਗਤ ਦੇ ਨਾਲ, ਸਿੱਖ ਸੰਗਤ ਦੇ ਨਾਲ ਸਾਂਝਾ ਕਰਨ ਵਾਸਤੇ ਅਸੀਂ ਉਸਨੂੰ ਪਿਛਲੇ ਟਾਈਮਾਂ ਦੇ ਮੁਤਾਬਕ ਹੀ ਅੱਗੇ ਵੀ ਜਾਰੀ ਰੱਖਣ ਦੀ ਗੱਲ ਕੀਤੀ ਹੈ ਤੇ ਅਸੀਂ ਗੱਲ ਕੀਤੀ। ਉਹ ਤਾਂ ਇਸ ਗੱਲ ਦਾ ਮੈਂ ਸੰਗਤ ਦਾ ਧੰਨਵਾਦੀ ਹਾਂ, ਸਿੱਖ ਸੰਗਤ ਦਾ, ਕਿ ਉਹਨਾਂ ਨੇ ਸਾਨੂੰ ਭਰਪੂਰ
ਹਮੇਸ਼ਾ ਰਿਣੀ ਰਹਾਂਗਾ, ਸਾਡੀ ਪਾਰਟੀ ਰਿਣੀ ਰਹੇਗੀ। ਤੇ ਉਹਨਾਂ ਨੇ ਹਿੰਦੂ ਤਵੀ ਸੋਚ ਨੂੰ ਨਕਾਰਦਿਆਂ ਹੋਇਆਂ ਕਾਨਫਰੰਸ ਦੇ ਵਿੱਚ ਪੂਰਨ ਤੌਰ ਤੇ ਹਾਜ਼ਰੀ ਭਰੀ ਹੈ। ਜੀ ਜੀ ਪ੍ਰੋਫੈਸਰ ਸਾਹਿਬ, ਜਿਵੇਂ ਇੱਕ ਪਾਸੇ ਤੁਸੀਂ ਮੀਰੀ ਪੀਰੀ ਦੇ ਸਿਧਾਂਤ ਦੀ ਗੱਲ ਕੀਤੀ ਹੈ ਵੀ ਸਿੱਖ ਫਲਸਫੇ ਦੇ ਅਨੁਸਾਰ ਜਿਹੜਾ ਇਹ ਸਿਧਾਂਤ ਹੈ ਅਸੀਂ ਉਹਦੇ ਤੇ ਪਹਿਰਾ ਦਿੰਦਿਆਂ ਇਹ ਜਿਹੜੀ ਕਾਨਫਰੰਸ ਸੀ ਮੀਰੀ ਪੀਰੀ ਸ਼ਹੀਦੀ ਕਾਨਫਰੰਸ ਸ਼ਹੀਦੀ ਇਕੱਠ ਇਹ ਅਸੀਂ ਕੀਤਾ, ਪਰ ਜਦੋਂ ਅਸੀਂ ਦੂਜੇ ਪਾਸੇ ਦੇਖਦੇ ਹਾਂ ਜਿਹੜੀ ਲਾਈਨ ਗਿਆਨੀ ਗੁਰਬਚਨ ਸਿੰਘ ਵੱਲੋਂ ਲਈ ਗਈ ਜਾਂ ਜਿਹੜੀਆਂ ਬਾਕੀ ਸਿਆਸੀ ਪਾਰਟੀਆਂ ਨੇ ਉਹਨਾਂ ਵੱਲੋਂ ਉਸ ਲਾਈਨ ਨੂੰ ਫੋਲੋ ਕੀਤਾ ਗਿਆ, ਉਹਦੇ ਵਿੱਚ ਇੱਕ ਇਹ ਮੁੱਖ ਮੁੱਦਾ ਸੀਗਾ ਜਾਂ ਇਹ ਇੱਕ ਮੁੱਖ ਇਸ਼ੂ ਸੀ ਕਿ ਜਿਹੜੀ ਸਿਆਸੀ ਕਾਨਫਰੰਸਾਂ ਦੇ ਵਿੱਚ ਦੂਸ਼ਣਬਾਜ਼ੀ ਹੁੰਦੀ ਹੈ, ਇੱਕ ਦੂਜੇ ਦੇ ਉੱਪਰ ਚਿੱਕੜ ਉਛਾਲਿਆ ਜਾਂਦਾ, ਜਿਹੜੀ ਸ਼ਬਦੀ ਜਿਹੜੇ ਤੀਰ ਨੇ ਉਹ ਇੱਕ ਦੂਜੇ ਵੱਲ ਘੱਲੇ ਜਾਂਦੇ ਨੇ, ਉਹ ਰੁਕਣੇ ਚਾਹੀਦੇ ਨੇ, ਉਹ ਜਿਹੜੀ ਦੂਸ਼ਣਬਾਜ਼ੀ ਹੈ ਉਹ ਬੰਦ ਹੋਣੀ ਚਾਹੀਦੀ ਹੈ, ਅਤੇ ਉਸੇ ਨੂੰ ਬੰਦ ਕਰਨ ਦੇ ਲਈ ਹੀ ਜਿਹੜਾ ਇਹ ਫੈਸਲਾ ਹੈ ਉਹ ਲਿਆ ਗਿਆ ਜਾਂ ਇਹਨੂੰ ਅੱਗੇ ਵਧਾਉਣ ਦੀ ਲੋੜ ਹੈਗੀ ਹੈ। ਅਤੇ ਕਿਤੇ ਨਾ ਕਿਤੇ ਜਦੋਂ ਅਸੀਂ ਸੰਗਤ ਰੂਪੀ ਵੀ ਦੇਖਦੇ ਹਾਂ ਤਾਂ ਸਾਨੂੰ ਦੇਖਣ ਨੂੰ ਮਿਲਦਾ ਇਹ ਇੱਕ ਬਹੁਤ ਕਨਵਿੰਸਿੰਗ ਆਰਗੂਮੈਂਟ ਹੈਗਾ ਸੰਗਤ ਦੇ ਲਈ ਵੀ ਕਿ ਇਹ ਚੀਜ਼ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ। ਇਹਦੇ ਨਾਲ ਤੁਸੀਂ ਇਹ ਸਾਰੇ ਪਾਰਟ ਨੂੰ ਕਿਵੇਂ ਰਿਲੇਟ ਕਰਕੇ ਦੇਖਦੇ ਹੋ? ਜੀ ਇਹ ਬਹੁਤ ਹੀ ਅਹਿਮ ਸਵਾਲ ਹੈ, ਕਿਉਂਕਿ ਇਹ ਗੱਲ ਇੱਕ ਵਾਰੀ ਜਦੋਂ ਤੁਸੀਂ ਕਹਿੰਦੇ ਹੋ ਕੋਈ ਵੀ ਬੰਦਾ ਕਹਿੰਦਾ ਤਾਂ ਸੰਗਤ ਨੂੰ ਇੱਕਦਮ ਲੱਗਦਾ ਹੈ ਕਿ ਯਾਰ ਸ਼ਹੀਦੀ ਦਿਨਾਂ ਦੇ ਵਿੱਚ ਇਹ ਜਿਹੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਪਰ ਇਹ ਗੱਲ ਅਸੀਂ ਆਪਣੀ ਕੱਲ ਸਟੇਜ ਤੇ ਰਾਹੀਂ ਆਪਣੀ ਕਾਨਫਰੰਸ ਦੇ ਰਾਹੀਂ ਵੀ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਪੂਰੀ, ਕਿ ਜੇ ਬਾਬਰ ਨੂੰ ਜਾਬਰ ਕਹਿਣਾ ਮਤਲਬ ਕਿ ਦੂਸ਼ਣਬਾਜ਼ੀ ਹੈ ਤਾਂ ਫਿਰ ਸਾਨੂੰ ਮਾਫ ਕਰਿਓ ਵੀ ਅਸੀਂ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਚੱਲਣਾ ਚਾਹੁੰਦੇ ਹਾਂ, ਲਫ਼ਜ਼ ਨੂੰ ਜੋ ਮਰਜ਼ੀ ਦੇ ਦਿੱਤਾ ਜਾਵੇ। ਜੇਕਰ ਮਤਲਬ ਕਹਿਣ ਤੋਂ ਔਰੰਗਜ਼ੇਬ ਨੂੰ ਦੇ ਜੋ ਕਰਤੂਤਾਂ ਨੇ ਜੋ ਜ਼ੁਲਮ ਕੀਤੇ ਉਹਨੇ ਸਿੱਖ ਧਰਮ ਦੇ ਉੱਤੇ ਜਾਂ ਬਾਕੀ ਧਰਮਾਂ ਦੇ ਉੱਤੇ, ਜੇ ਉਹਨੂੰ ਲੋਕਾਂ ਦੇ ਵਿੱਚ ਲੈ ਕੇ ਆਉਣਾ ਦੂਸ਼ਣਬਾਜ਼ੀ ਹੈ ਤਾਂ ਫਿਰ ਅਸੀਂ ਸਾਹਿਬਜ਼ਾਦਿਆਂ ਤੋਂ ਸਿੱਖਿਆ ਕੀ ਹੈ? ਅਸੀਂ ਸਾਹਿਬਜ਼ਾਦੇ ਜਾਂ ਗੁਰੂ ਸਾਹਿਬਾਨ ਦੀ ਜਿਹੜੀ ਸੋਚ ਹੈ ਉਸ ਤੋਂ ਇਹੀ ਸਿੱਖਿਆ ਹੈ ਕਿ ਗਲਤ ਨੂੰ ਗਲਤ ਕਹਿਣਾ ਜਿਹੜਾ ਹੈ ਉਹ ਦੂਸ਼ਣਬਾਜ਼ੀ ਨਹੀਂ ਹੈ, ਸਹੀ ਨੂੰ ਗਲਤ ਕਹਿਣਾ ਜਿਹੜਾ ਦੂਸ਼ਣਬਾਜ਼ੀ ਹੈ। ਜੇਕਰ ਅਸੀਂ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੀ ਗੱਲ ਨੂੰ ਜੋੜ ਕੇ ਦੇਖਾਂਗੇ ਤਾਂ ਕਿਤੇ ਨਾ ਕਿਤੇ ਸਾਨੂੰ ਇਹ ਸੁਨੇਹਾ ਜਿਹੜਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਮਿਲੇਗਾ ਕਿ ਅੱਜ ਦਾ ਵਜ਼ੀਰ ਖਾਂ ਕੌਣ ਹੈ, ਅੱਜ ਦਾ ਸੁੱਚਾਨੰਦ ਕੌਣ ਹੈ, ਅੱਜ ਦਾ ਮਤਲਬ ਕਿ ਫਿਰ ਤੁਹਾਨੂੰ ਦੱਸਣਾ ਪਏਗਾ ਅੱਜ ਦਾ ਬੰਦਾ ਸਿੰਘ ਬਹਾਦਰ ਕੌਣ ਹੈ। ਇਹ ਦੇਖੋ ਬੰਦਾ ਸਿੰਘ ਬਹਾਦਰ ਨੇ ਜਾਂ ਉਹਨਾਂ ਸੂਬੇਦਾਰਾਂ ਨੇ ਤਾਂ ਹੁਣ ਵਾਪਸ ਜਿਉਂ ਕੇ ਸਾਡੇ ਸਾਹਮਣੇ ਨਹੀਂ ਆਉਣਾ ਹੈਗਾ, ਉਹ ਸੋਚ ਦੇ ਹਿਸਾਬ ਨਾਲ ਆਉਣਗੇ। ਕੋਈ ਮੋਦੀ ਬਣ ਜਾਏਗਾ, ਕੋਈ ਬਾਦਲ ਬਣ ਜਾਊਗਾ, ਕੋਈ ਅਮਰਿੰਦਰ ਬਣ ਜਾਊਗਾ, ਕੋਈ ਸੰਤ ਭਿੰਡਰਾਂ ਵਾਲੇ ਬਣ ਜਾਣਗੇ ਤੇ ਕੋਈ ਸਿਮਰਨਜੀਤ ਸਿੰਘ ਮਾਨ ਬਣ ਜਾਏਗਾ, ਜਾਂ ਹੋਰ ਵੀ ਕਈ ਤਰ੍ਹਾਂ ਹੈਗੀਆਂ ਨੇ ਜਿਹੜੀਆਂ ਇਸ ਸੋਚ ਨੂੰ ਲੈ ਕੇ ਜਾ ਰਹੀਆਂ ਨੇ। ਸੋ ਉਹ ਸੋਚ ਜਿਹੜੀ ਹੈ ਉਹ ਹੀ ਅੱਗੇ ਚੱਲਣੀ ਚਾਹੀਦੀ ਹੈ। ਇਸ ਸੋਚ ਨੂੰ ਮੁੱਖ ਰੱਖ ਕੇ ਅਸੀਂ ਲੋਕਾਂ ਨੂੰ ਸਮਝਾਇਆ ਤੇ ਬਹੁਤ ਫੇਸਬੁੱਕ ਦੇ ਉੱਤੇ ਇਹਦਾ ਰਿਸਪੋਂਸ ਨੌਜਵਾਨ ਮੁੰਡਿਆਂ ਨੇ ਕੀਤਾ ਕਿ ਜਦੋਂ ਪ੍ਰਧਾਨ ਸਾਹਿਬ ਨੇ ਗੱਲ ਕਹੀ ਕਿ ਸਾਹਿਬਜ਼ਾਦਿਆਂ ਨੇ ਨਵਾਬੀਆਂ ਠੁਕਰਾਈਆਂ, ਜੀ ਕਿਸ ਕਰਕੇ ਠੁਕਰਾਈਆਂ? ਕਿਉਂਕਿ ਸਿਧਾਂਤਕ ਤੌਰ ਤੇ ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਕਿ ਸਾਡੇ ਪਿਤਾ ਨੇ ਸਾਨੂੰ ਸਿੱਖ ਕੌਮ ਨੂੰ ਬਾਦਸ਼ਾਹੀਆਂ ਦਿੱਤੀਆਂ ਨੇ। ਬਾਦਸ਼ਾਹੀ ਬਹੁਤ ਵੱਡੀ ਚੀਜ਼ ਹੁੰਦੀ ਹੈ। ਇਹ ਜਿਹੜੇ ਪੰਜਾਬ ਦੇ ਸੂਬੇਦਾਰ ਨੇ ਇਹ ਬਾਦਸ਼ਾਹ ਚਾਹੇ ਮਨਮੋਹਨ ਸਿੰਘ ਬੈਠ ਜਾਵੇ ਚਾਹੇ ਮੋਦੀ ਬੈਠ ਜਾਏ ਉਹਦੇ ਕੋਲ ਫੁੱਲਾਂ ਦੇ ਗੁਲਦਸਤੇ ਲਿਜਾਂਦੇ ਨੇ, ਗੁਲਾਮੀ ਦੀ ਨਿਸ਼ਾਨੀ ਦਿਖਾਉਂਦੇ ਨੇ। ਅਸੀਂ ਇਹਨਾਂ ਨੂੰ ਸਿੱਖ ਸੋਚ ਦੇ ਚਾਨਣ ਵਿੱਚ ਰਹਿ ਕੇ ਲੋਕਾਂ ਨੂੰ ਸਪਸ਼ਟ ਕਰਨਾ ਆਪਣਾ ਫਰਜ਼ ਸਮਝਦੇ ਹਾਂ ਤੇ ਅਸੀਂ ਇਹੀ ਸ਼ਰਧਾਂਜਲੀ ਸਮਝਦੇ ਹਾਂ ਕਿ ਜੋ ਸਾਹਿਬਜ਼ਾਦਿਆਂ ਨੇ ਇੰਨੇ ਦੁੱਖ ਝੱਲ ਕੇ ਇੱਕ ਸੋਚ ਨੂੰ ਉੱਚਾ ਰੱਖਿਆ ਤੇ ਪ੍ਰਬਲ ਰੱਖ ਕੇ ਸਾਨੂੰ ਸੁਨੇਹਾ ਦਿੱਤਾ, ਉਹ ਸੁਨੇਹਾ ਅੱਗੋਂ ਲੋਕਾਂ ਤੱਕ ਪਹੁੰਚਣਾ ਚਾਹੀਦਾ। ਇਸ ਸੋਚ ਨਾਲ ਅਸੀਂ
ਪ੍ਰੋਫੈਸਰ ਸਾਹਿਬ, ਓਵਰਆਲ ਇਸ ਸਾਰੇ ਪਾਰਟ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੀ ਇਹ ਲਾਈਨ ਤੁਹਾਡੇ ਵੱਲੋਂ ਲਈ ਗਈ ਹੈ, ਇਹਦਾ ਜਿਹੜਾ ਪ੍ਰਭਾਵ ਹੈ ਉਹ ਸੰਗਤ ਦੇ ਵਿੱਚ ਕਿਵੇਂ ਦਾ ਗਿਆ? ਕਿਉਂਕਿ ਜਦੋਂ ਅਸੀਂ ਬਾਕੀ ਸਿਆਸੀ ਪਾਰਟੀਆਂ ਵੱਲ ਨਜ਼ਰ ਮਾਰਦੇ ਹਾਂ ਤਾਂ ਜਿਵੇਂ ਮੈਂ ਕਿਹਾ ਵੀ ਇਹ ਕਨਵਿੰਸਿੰਗ ਆਰਗੂਮੈਂਟ ਹੈ ਕਿ ਜਿਹੜੀ ਦੂਸ਼ਣਬਾਜ਼ੀ ਹੈ ਜਾਂ ਜਿਹੜੀ ਨੀਵੇਂ ਪੱਧਰ ਦੀ ਰਾਜਨੀਤੀ ਦੀ ਗੱਲ ਹੈਗੀ ਹੈ ਉਹ ਇਹਨਾਂ ਸਟੇਜਾਂ ਤੋਂ ਨਹੀਂ ਹੋਣੀ ਚਾਹੀਦੀ, ਸੰਗਤ ਵਿੱਚ ਵੀ ਤੇ ਆਮ ਜਿਹੜੇ ਦਰਸ਼ਕ ਹੈਗੇ ਆ ਉਹਨਾਂ ਦੇ ਵਿੱਚ ਵੀ ਇਹ ਗੱਲ ਕਾਫੀ ਦੇਖਣ ਨੂੰ ਮਿਲੀ ਹੈ ਕਿ ਨਹੀਂ ਜੀ ਇਹ ਨਹੀਂ ਹੋਣੀ ਚਾਹੀਦੀ ਤੇ ਜਿਹੜਾ ਇਹ ਫੈਸਲਾ ਲਿਆ ਗਿਆ ਇਹ ਠੀਕ ਲਿਆ ਗਿਆ। ਤੇ ਜਦੋਂ ਅਸੀਂ ਤੁਹਾਡੀ ਗੱਲ ਕਰਦੇ ਹਾਂ ਤੁਹਾਡੇ ਵੱਲੋਂ ਉਸ ਫੈਸਲੇ ਨੂੰ ਉਸ ਡਾਇਰੈਕਟਿਵ ਨੂੰ ਤੋਂ ਮੁਨਕਰ ਹੁੰਦਿਆਂ ਇਸ ਗੱਲ ਨੂੰ ਅੱਗੇ ਤੋਰਨ ਦੀ ਜਿਹੜੀ ਲਾਈਨ ਹੈ ਉਹ ਲਈ ਗਈ ਹੈ, ਸੋ ਸੰਗਤ ਦੇ ਵਿੱਚ ਕਿਵੇਂ ਦਾ ਪ੍ਰਭਾਵ ਇਹਦਾ ਦੇਖਣ ਨੂੰ ਮਿਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਇਹਨੂੰ ਤੁਸੀਂ ਦੇਖਦੇ ਹੋ? ਦੇਖੋ, ਮੈਂ ਇੰਨੀ ਜਲਦੀ ਸਾਰੀ ਸੰਗਤ ਦੇ ਵਿਊ ਤਾਂ ਨਹੀਂ ਜਾਣ ਸਕਿਆ। ਜੋ ਕੱਲ ਦਾ ਪ੍ਰਭਾਵ ਮੈਂ ਦੇਖਿਆ ਉਸ ਤੋਂ ਮੈਨੂੰ ਸਪਸ਼ਟ ਹੈ ਕਿ ਸੰਗਤ ਨੇ ਇਸ ਚੀਜ਼ ਨੂੰ, ਜਿਹੜੀ ਉੱਥੇ ਹਾਜ਼ਰ ਸੰਗਤ ਸੀ, ਉਹਨੇ ਇਹ ਚੀਜ਼ ਨੂੰ ਸਮਝਣ ਦੀ ਪੂਰੀ ਪੂਰੀ ਸਾਡੇ ਨਾਲ ਸਹਿਮਤੀ ਪ੍ਰਗਟਾਈ ਹੈ ਕਿ ਤੁਹਾਡਾ ਇਹ ਕੰਟੀਨਿਊ ਰੱਖਣਾ ਬਿਲਕੁਲ ਜਾਇਜ਼ ਹੈ। ਜਿਹੜੀ ਗੱਲ ਤੁਸੀਂ ਕਹੀ ਹੈ ਨੀਵੀਂ ਪੱਧਰ ਦੀ ਰਾਜਨੀਤੀ, ਇਹ ਮੈਂ ਬਿਲਕੁਲ ਸਹਿਮਤ ਹਾਂ, ਤੁਹਾਡੇ ਨਾਲ ਵੀ ਸਹਿਮਤ ਹਾਂ ਤੇ ਸੰਗਤ ਨਾਲ ਵੀ ਸਹਿਮਤ ਹਾਂ। ਪਰ ਇੱਥੇ ਨਾਲ ਦੱਸਣਾ ਚਾਹੁੰਦਾ, ਇੱਕ ਪਾਰਟੀ ਦਾ ਮਤਲਬ ਕਿ ਮੈਂ ਜ਼ਿੰਮੇਵਾਰ ਅਹੁਦੇਦਾਰ ਹੋਣ ਦੇ ਨਾਤੇ, ਕਿ ਅਸੀਂ ਨੀਵੀਂ ਪੱਧਰ ਦੀ ਰਾਜਨੀਤੀ ਇਹਨਾਂ ਮਹਾਨ ਦਿਨਾਂ ਤੇ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਅਸੀਂ ਵੈਸੇ ਵੀ ਕਦੇ ਨੀਵੀਂ ਪੱਧਰ ਦੀ ਰਾਜਨੀਤੀ ਨਹੀਂ ਕੀਤੀ, ਅਸੀਂ ਨਸ਼ੇ ਨਹੀਂ ਵੰਡੇ, ਅਸੀਂ ਮਤਲਬ ਕਹਿਣ ਤੋਂ ਝੂਠ ਨਹੀਂ ਬੋਲਿਆ, ਅਸੀਂ ਗਲਤ ਵਾਅਦੇ ਲੋਕਾਂ ਨਾਲ ਨਹੀਂ ਕੀਤੇ, ਹਾਰਨਾ ਸਵੀਕਾਰ ਕੀਤਾ। ਸੋ ਨੀਵੀਂ ਪੱਧਰ ਦੀ ਰਾਜਨੀਤੀ ਨਾਲ ਅੱਜ ਤੱਕ ਸਾਡੀ ਪਾਰਟੀ ਦਾ ਸਿੱਧੇ ਰੂਪ ਚ ਕੋਈ ਸੰਬੰਧ ਰਿਹਾ ਹੀ ਨਹੀਂ। ਸੋ ਉਹ ਗੱਲ ਜੇ ਲੋਕ ਤੁਸੀਂ ਕਹਿੰਦੇ ਹੋ ਜਾਂ ਲੋਕ ਕਹਿੰਦੇ ਨੇ, ਮੈਂ ਸਹਿਮਤ ਹਾਂ ਕਿ ਕੋਈ ਇਸ ਤਰ੍ਹਾਂ ਦੀ ਦੂਸ਼ਣਬਾਜ਼ੀ ਜਿਹੜੀ ਹੈ ਉਹ ਵਾਕਈ ਦੂਸ਼ਣਬਾਜ਼ੀ ਹੈ, ਉਹ ਨਹੀਂ ਕਰਨੀ ਚਾਹੀਦੀ। ਪਰ ਅਸੀਂ ਹਜੇ ਤੱਕ ਗੁਰੂ ਦੀ ਕਿਰਪਾ ਨਾਲ ਇਸ ਤੋਂ ਬਿਲਕੁਲ ਦੂਰ ਰਹਿ ਕੇ ਰਾਜਨੀਤੀ ਕਰ ਰਹੇ ਹਾਂ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਕਾਲ ਤਖ਼ਤ ਸਾਹਿਬ ਤੋਂ ਜੋ ਸੁਨੇਹਾ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਜੋ ਗੁਰੂ ਨਾਨਕ ਸਾਹਿਬ ਨੇ ਬਾਬਰ ਦੇ ਟਾਈਮ ਤੇ ਸਾਨੂੰ ਸੁਨੇਹਾ ਦਿੱਤਾ ਹੈ, ਅਸੀਂ ਉਸ ਸੁਨੇਹੇ ਨੂੰ ਆਪਣੇ ਜਿਹਨ ਚ ਰੱਖ ਕੇ ਰਾਜਨੀਤੀ ਕਰੀਏ। ਸੋ ਇਹ ਗੱਲ ਮੈਂ ਸਹਿਮਤ ਵੀ ਹੈਗਾ ਤੇ ਆਪਣੇ ਵਿਊ ਵੀ ਤੁਹਾਨੂੰ ਦੱਸ ਦਿੱਤੇ ਨੇ ਕਿ ਅਸੀਂ ਕਿਸ ਤਰ੍ਹਾਂ ਦੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੇ ਹਾਂ ਪਹਿਲਾਂ ਤੋਂ ਹੀ ਜੀ ਅੱਗੇ ਵੀ ਰੱਖਾਂਗੇ ਜੀ। ਹਾਂਜੀ ਪ੍ਰੋਫੈਸਰ ਸਾਹਿਬ, ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਜਿਹੜੀ ਇਹ ਸਾਰੀ ਇੱਕ ਇਸ ਨੂੰ ਤੁਸੀਂ ਸਾਜ਼ਿਸ਼ ਦੱਸਿਆ, ਜਿਹਦੀਆਂ ਕੜੀਆਂ ਤੁਸੀਂ ਨਾਗਪੁਰ ਦੇ ਨਾਲ ਦਿੱਲੀ ਦੇ ਨਾਲ ਜਾ ਕੇ ਜੋੜੀਆਂ ਨੇ ਕਿ ਜਿਹੜਾ ਇਹ ਡਾਇਰੈਕਸ਼ਨ ਆਈ ਹੈ ਕਿ ਸਿਆਸੀ ਕਾਨਫਰੰਸਾਂ ਬੰਦ ਹੋਣੀਆਂ ਚਾਹੀਦੀਆਂ ਨੇ, ਇਹ ਇੱਕ ਸਾਜ਼ਿਸ਼ ਦੇ ਤਹਿਤ ਇਹ ਕੀਤਾ ਗਿਆ, ਇਸ ਨੂੰ ਥੋੜ੍ਹਾ ਜਿਹਾ ਤੁਸੀਂ ਸਾਨੂੰ ਵਿਸਥਾਰ ਦੇ ਵਿੱਚ ਹੋਰ ਦੱਸ ਸਕਦੇ ਹੋ ਇਸ ਬਾਰੇ ਕਿ ਕੀ ਇਹ ਸਾਜ਼ਿਸ਼ ਤੁਸੀਂ ਸਮਝਦੇ ਹੋ ਇਸ ਮੂਵ ਦੇ ਪਿੱਛੇ ਜਿਹੜੀ ਸਿੱਖਾਂ ਨੂੰ ਮੀਰੀ ਪੀਰੀ ਦੇ ਸਿਧਾਂਤ ਨੂੰ ਠੇਸ ਪਹੁੰਚਾਉਣ ਦੀ ਜਾਂ ਢਾਹ ਲਾਉਣ ਦੀ ਜਿਹੜੀ ਇੱਕ ਨੀਤੀ ਹੈ, ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਇਸ ਪਾਰਟ ਨੂੰ? ਹਾਂਜੀ ਹਾਂ, ਮੈਂ ਇਸ ਤਰ੍ਹਾਂ ਸਪਸ਼ਟ ਕਰ ਸਕਦਾ ਕਿ 40 ਸਾਲ ਦਾ ਮੇਰਾ ਨਿੱਜੀ ਤਜਰਬਾ ਹੈ ਇਸ ਖੇਤਰ ਦੇ ਵਿੱਚ ਤੇ ਸਾਡੀ ਪਾਰਟੀ ਦਾ ਬਹੁਤ ਵੱਡਾ ਤਜਰਬਾ ਹੈ ਇਸ ਖੇਤਰ ਦੇ ਵਿੱਚ। ਉਸਦੇ ਆਧਾਰ ਤੇ ਮੈਂ ਕਹਿ ਸਕਦਾ ਕਿ ਜਿਵੇਂ ਇੱਕਦਮ ਅਖਬਾਰ ਦੇ ਵਿੱਚ ਆਇਆ ਤੇ ਸਾਰੇ ਇੰਡੀਅਨ ਮੀਡੀਆ ਨੇ, ਈਵਨ ਇਲੈਕਟ੍ਰੋਨਿਕ ਮੀਡੀਆ ਨੇ ਵੀ ਤੇ ਪੇਪਰ ਮੀਡੀਆ ਨੇ ਵੀ, ਪ੍ਰਿੰਟ ਮੀਡੀਆ ਨੇ ਵੀ ਇਹਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਜਦੋਂ ਸਿੱਖਾਂ ਦੀ ਕੋਈ ਗੱਲ ਅਦਰਵਾਈਜ਼ ਕੋਈ ਕਰਦਾ ਹੈ, ਜਿਵੇਂ ਬਹਿਬਲ ਕਲ ਦੇ ਸ਼ਹੀਦਾਂ ਦੀ ਗੱਲ ਕਰਦਾ ਹੈ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਇੰਨੀ ਹੋਈ ਹੈ, ਬੇਹਰਮਤੀ ਹੋਈ ਹੈ, ਬੇਅਦਬੀ ਹੋਈ ਹੈ, ਉਹਦੀ ਗੱਲ ਕਰਦਾ ਤਾਂ ਮੀਡੀਆ ਥੋੜੀ ਦੇਰ ਬਾਅਦ ਚੁੱਪ ਕਰ ਜਾਂਦਾ ਹੈ। ਇਸ ਚੀਜ਼ ਨੂੰ ਹਜੇ 4 ਬੰਦਿਆਂ ਨੇ ਗੱਲ ਸ਼ੁਰੂ ਕੀਤੀ ਹੀ ਹੈ ਤੇ ਸਾਰਾ ਮੀਡੀਆ ਦਿਨ ਰਾਤ ਦਿਖਾਉਂਦਾ ਰਿਹਾ ਤੇ ਲਿਖਦਾ ਰਿਹਾ। ਉਸ ਤੋਂ
ਸਾਫ ਹੈ ਕਿ ਕਿਤੇ ਨਾ ਕਿਤੇ ਹਕੂਮਤ ਦਾ ਉਹਨਾਂ ਦੇ ਉੱਤੇ ਪ੍ਰੈਸ਼ਰ ਸੀ ਜਾਂ ਉਹਨਾਂ ਦੇ ਉੱਤੇ ਇੱਕ ਡਾਇਰੈਕਸ਼ਨ ਸੀ ਕਿ ਤੁਸੀਂ ਇਸ ਚੀਜ਼ ਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ ਤਾਂ ਜੋ ਇਹ ਗੱਲ ਜਿਹੜੀ ਹੈ ਆਵਾਮ ਦੇ ਵਿੱਚ ਇੰਨੀ ਤੇਜ਼ੀ ਨਾਲ ਫੈਲ ਜਾਵੇ। ਸੋ ਪਿਛਲੇ ਤਜਰਬੇ ਦੇ ਹਿਸਾਬ ਨਾਲ ਮੈਂ ਬਿਲਕੁਲ ਸਪਸ਼ਟ ਰੂਪ ਵਿੱਚ ਕਹਿ ਸਕਦਾ ਤੇ ਉਸ ਨੂੰ ਮਤਲਬ ਕਿ ਆਉਣ ਵਿੱਚ ਦੇਖਿਆ ਵੀ ਜਾਊਗਾ। ਨਹੀਂ ਤਾਂ ਇਹ ਨਹੀਂ ਹੁੰਦਾ ਕਿ ਚਾਰ ਬੰਦੇ ਆ ਕੇ ਬੈਠਣ ਤੇ ਇੰਨੀਆਂ ਵੱਡੀਆਂ ਰਾਜਸੀ ਧਿਰਾਂ ਜਿਹੜੀਆਂ ਨੇ ਇੱਕਦਮ ਫੈਸਲਾ ਕਰ ਲੈਣ ਤੇ ਅਕਾਲ ਤਖ਼ਤ ਵੀ ਬੋਲੇ ਇਹ ਗੁਰਬਚਨ ਸਿੰਘ ਉਹੀ ਬੰਦਾ ਹੈ ਜਿਹਨੇ ਸਿਰਸੇ ਵਾਲੇ ਸਾਧ ਨੂੰ ਵੀ ਇਹਨਾਂ ਦੀ ਡਾਇਰੈਕਸ਼ਨ ਤੇ ਮਾਫ਼ ਕਰਤਾ ਸੀ ਜੀ। ਕੀ ਵਿਸ਼ਵਾਸ ਕਰੀਏ ਇਸ ਬੰਦੇ ਦੇ ਉੱਤੇ। ਪਰ ਇਹ ਗੱਲ ਬਿਲਕੁਲ ਚਿੱਟੇ ਦਿਨ ਵਾਂਗ ਸਪਸ਼ਟ ਹੋ ਗਈ ਹੈ ਕਿ ਇਸ ਵਕਤ ਦੀ ਕਾਂਗਰਸ ਹਕੂਮਤ ਪੰਜਾਬ ਦੀ ਪ੍ਰਕਾਸ਼ ਸਿੰਘ ਬਾਦਲ ਦਾ ਗਰੁੱਪ ਤੇ ਬੀਜੇਪੀ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਇਹ ਸਿੱਖਾਂ ਨੂੰ ਡੀਰੇਲ ਜਾਂ ਖਤਮ ਕਰਨ ਦੇ ਮਾਮਲੇ ਵਿੱਚ ਬਿਲਕੁਲ ਇੱਕਮਿੱਕ ਹੈ ਜੀ। ਸੋ ਉਸੇ ਦਾ ਜਿਹੜਾ ਰਿਜ਼ਲਟ ਹੈ ਇਹ ਦੇਖਣ ਨੂੰ ਮਿਲਿਆ। ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਇਹ ਕਿਸ ਤਰ੍ਹਾਂ ਇਕੱਠੇ ਨੇ ਇਹ ਇੱਕ ਹਜੇ ਜਗਮੀਤ ਸਿੰਘ ਜੀ ਕੈਨੇਡਾ ਤੋਂ ਉਹਨਾਂ ਨੇ ਇੱਕ ਦੋ ਕੁ ਮਹੀਨੇ ਪਹਿਲਾਂ ਡੇਢ ਮਹੀਨਾ ਪਹਿਲਾਂ ਇੱਕ ਬਿਆਨ ਦਿੱਤਾ ਹੀ ਹੈ ਕਿ ਆਪਣਾ ਵੀ ਜਿਹੜਾ ਰਾਇਸ਼ੁਮਾਰੀ ਹੈ ਇਹ ਸਿੱਖਾਂ ਦਾ ਹੱਕ ਹੈ ਜੀ, ਆਜ਼ਾਦ ਹੋਣਾ ਚਾਹੀਦਾ ਚਿੱਟਾ। ਹਜੇ ਉਹਨਾਂ ਨੇ ਕੈਨੇਡਾ ਤੋਂ ਇੱਕ ਬਿਆਨ ਦਿੱਤਾ ਸ਼ਾਇਦ ਸੋਸ਼ਲ ਮੀਡੀਆ ਰਾਹੀਂ ਆਇਆ ਤੇ ਨਾਲ ਦੀ ਨਾਲ ਅਮਰਿੰਦਰ ਸਿੰਘ ਚਾਰ ਘੰਟੇ ਦੇ ਵਿੱਚ ਭਗਵੰਤ ਮਾਨ ਅਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਦਾ ਦਲਜੀਤ ਸਿੰਘ ਚੀਮਾ ਤੇ ਚੌਥੀ ਜਿਹੜੀ ਭਾਜਪਾ ਦਿੱਲੀ ਤੋਂ ਮੇਰਾ ਮਤਲਬ ਕਹਿਣ ਤੋਂ ਚਾਰ ਘੰਟੇ ਦੇ ਫਰਕ ਦੇ ਵਿੱਚ ਹੀ ਚਾਰ ਘੰਟੇ ਦੇ ਵਿੱਚ ਹੀ ਸੋਸ਼ਲ ਮੀਡੀਆ ਤੇ ਇਹਨਾਂ ਨੇ ਉਰਦੂ ਦੀ ਨਿਖੇਧੀ ਪਾ ਦਿੱਤੀ ਇਕਵੇਂ ਇਕੱਠੇ ਹੋ ਗਏ ਜੀ। ਇਹਦਾ ਮਤਲਬ ਹੈ ਪਿੱਛੇ ਕਿਤੇ ਇਹਨਾਂ ਦੇ ਜਿਹੜੀ ਤਾਰ ਹੈ ਕਿਸੇ ਇੱਕ ਥਾਂ ਤੋਂ ਚੱਲਦੀ ਹੈ, ਅੱਗੇ ਆ ਕੇ ਰਾਜਸੀ ਤੌਰ ਤੇ ਇਹ ਆਪਣਾ ਆਪਣਾ ਜਿਹੜਾ ਲਾਹਾ ਹੈ ਉਹ ਲਈ ਜਾਂਦੇ ਨੇ। ਪਰ ਇਹ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਇਸ ਸਾਰੇ ਵਰਤਾਰੇ ਵਿੱਚੋਂ ਜਿਹੜਾ ਇਹ ਜਥੇਦਾਰ ਤੋਂ ਹੁਕਮ ਕਰਵਾਉਣਾ ਸਾਬਕਾ ਤੋਂ ਉਸ ਤੋਂ ਬਾਅਦ ਇਕਦਮ ਮੰਨ ਲੈਣਾ ਇਹ ਸਾਰਾ ਹੀ ਪਲੈਂਡ ਸੀ ਤਾਂ ਹੀ ਇਕਦਮ ਹੋ ਗਿਆ ਜੀ। ਇਹਦੇ ਵਿੱਚੋਂ ਹੀ ਮਤਲਬ ਕਹਿਣ ਤੋਂ ਸਾਨੂੰ ਲੱਗਦਾ ਹੈ ਕਿ ਇਹ ਜਿਹੜੇ ਨੇ ਇਹਨਾਂ ਨੇ ਗੁਲਾਮੀ ਜਿਹੜੀ ਹੈ ਉਹ ਪੱਕੇ ਤੌਰ ਤੇ ਸਵੀਕਾਰ ਕਰਕੇ ਤੇ ਸੂਬੇਦਾਰੀ ਜਿਹੜੀ ਆ ਉਹ ਦਿੱਲੀ ਤੋਂ ਲੈਣ ਦਾ ਜਿਹੜਾ ਇੱਕ ਇਹਨਾਂ ਦਾ ਪੋਲੀਟੀਕਲ ਕਲਚਰ ਹੈ ਉਹ ਮਤਲਬ ਕਿ ਇਹਦੀ ਅਧੀਨਗੀ ਜਿਹੜੀ ਹੈ ਇਹ ਪੱਕੇ ਤੌਰ ਤੇ ਮੰਨ ਚੁੱਕੇ ਨੇ ਜੀ। ਪ੍ਰੋਫੈਸਰ ਸਾਹਿਬ ਜੇ ਇਹ ਗੱਲ ਸਾਰੀਆਂ ਗੱਲਾਂ ਜੇ ਆਪਾਂ ਜੋੜੀਏ ਤਾਂ ਉਹਦੇ ਵਿੱਚੋਂ ਇਹੀ ਲੱਭੂਗਾ ਕਿ ਇਹ ਕਿਸੇ ਇੱਕ ਥਾਂ ਤੋਂ ਚੱਲੀ ਵੀ ਘਟਨਾ ਸੀ ਤੇ ਸਿੱਖਾਂ ਦੀ ਮੀਰੀ ਪੀਰੀ ਸਿਧਾਂਤਕ ਸੋਚ ਦੀ ਰੂਹ ਨੂੰ ਖਤਮ ਕਰਨ ਦੀ ਕੋਸ਼ਿਸ਼ ਸੀ ਜੋ ਫਿਲਹਾਲ ਗੁਰੂ ਸੱਚੇ ਪਾਤਸ਼ਾਹ ਦੀ ਸੱਚੇ ਸਾਡੇ ਸਾਹਿਬਜ਼ਾਦਿਆਂ ਦੇ ਚਰਨਾਂ ਨਾਲ ਜੁੜ ਕੇ ਮਾਤਾ ਗੁਜਰੀ ਦੇ ਚਰਨਾਂ ਨਾਲ ਜੁੜ ਕੇ ਸਾਨੂੰ ਬਲ ਬਖਸ਼ਿਆ ਕਿ ਅਸੀਂ ਇਹਦਾ ਮੁਕਾਬਲਾ ਵੀ ਕੀਤਾ ਤੇ ਸੰਗਤ ਨੇ ਸਾਨੂੰ ਸਹਿਯੋਗ ਵੀ ਦਿੱਤਾ ਜੀ। ਪ੍ਰੋਫੈਸਰ ਸਾਹਿਬ ਜੇ ਇਹ ਲਾਈਨ ਅੱਗੇ ਤੁਰਦੀ ਹੈ ਜਿਵੇਂ ਗਿਆਨੀ ਗੁਰਬਚਨ ਸਿੰਘ ਵੱਲੋਂ ਜੋ ਲਾਈਨ ਲਈ ਗਈ ਹੈ ਬਾਕੀਆਂ ਵੱਲੋਂ ਹਮਾਇਤ ਕੀਤੀ ਗਈ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਡਾਇਰੈਕਸ਼ਨ ਦੇ ਇਸ ਕਦਮ ਦੇ ਜਿਹੜੇ ਦੂਰਗਾਮੀ ਪ੍ਰਭਾਵ ਨੇ ਉਹ ਕੀ ਹੋ ਸਕਦੇ ਨੇ ਤੇ ਸਿੱਖ ਸਿਧਾਂਤਾਂ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਉਹਨਾਂ ਨੂੰ ਢਾ ਲਾਉਣ ਦੇ ਵਿੱਚ ਜਿਹੜੀ ਇਹ ਤੁਸੀਂ ਕੋਸ਼ਿਸ਼ ਦੱਸਦੇ ਹੋ ਉਹ ਜਿਹੜੇ ਉਹਦੇ ਦੂਰਗਾਮੀ ਪ੍ਰਭਾਵ ਨੇ ਉਹ ਕੀ ਹੋਣਗੇ। ਦੂਰਗਾਮੀ ਪ੍ਰਭਾਵ ਮੈਂ ਤਾਂ ਆਪਣੀ ਪਾਰਟੀ ਦੇ ਪੁਆਇੰਟ ਆਫ ਵਿਊ ਨਾਲ ਜੋ ਹੁਣ ਤੱਕ ਅਸੀਂ ਵਿਚਾਰ ਕੀਤੀ ਹੈ ਉਹਦੇ ਬਾਰੇ ਹੀ ਤੁਹਾਡੇ ਨਾਲ ਮੈਂ ਸਾਂਝਾ ਕਰ ਸਕਦਾ ਕਿ ਮੁਕਾਬਲਾ ਜਦੋਂ ਹਕੂਮਤ ਕਿਸੇ ਯੋਜਨਾਬੱਧ ਤਰੀਕੇ ਦੇ ਨਾਲ ਕਿਸੇ ਕੌਮ ਨੂੰ ਖਤਮ ਕਰਨਾ ਚਾਹੁੰਦੀ ਹੈ ਸਿਧਾਂਤਕ ਤੌਰ ਤੇ ਤਾਂ ਕੋਈ ਨਾ ਕੋਈ ਧਿਰ ਜਿਹੜੀ ਹੈ ਉਹਦਾ ਮੁਕਾਬਲਾ ਕਰਦੀ ਹੈ ਕਿਉਂਕਿ ਕੌਮ ਇਸ ਤਰ੍ਹਾਂ ਨਹੀਂ ਮਰਦੀ ਹੁੰਦੀ। ਸੋ ਅਸੀਂ ਕੌਮੀ ਫਰਜ਼ ਨਿਭਾਉਂਦਿਆਂ ਹੋਇਆਂ ਇਹ ਫੈਸਲਾ ਲਿਆ ਤੇ ਪਿਛਲੇ ਸਮਿਆਂ ਦੇ ਵਿੱਚ ਵੀ ਜਿੰਨੇ ਫੈਸਲੇ ਲਏ ਨੇ
ਉਹ ਆਪਣੇ ਕੌਮੀ ਫਰਜ਼ ਤੋਂ ਮੇਰਾ ਭਾਵ ਹੈ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸਾਨੂੰ ਸਿਧਾਂਤਕ ਸੋਚ ਦਿੱਤੀ ਗਈ ਹੈ ਤੇ ਪ੍ਰੈਕਟੀਕਲੀ ਗੁਰੂ ਸਾਹਿਬ ਆਪ ਕਰਕੇ ਦਿਖਾ ਕੇ ਗਏ ਨੇ, ਉਸ ਤੋਂ ਬਾਅਦ ਸਿੱਖਾਂ ਨੇ ਉਹਨੂੰ ਫੋਲੋ ਕੀਤਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜੀ, ਉਹ ਸਾਰੀ ਚੀਜ਼ ਨੂੰ ਜਿਹਨ ਚ ਰੱਖ ਕੇ ਅਸੀਂ ਆਪਣਾ ਫਰਜ਼ ਸਮਝਦੇ ਹਾਂ ਕਿ ਅਸੀਂ ਇਹ ਜਿਹੀਆਂ ਚਾਲਾਂ ਤੇ ਦਾ ਮੁਕਾਬਲਾ ਕਰਨਾ, ਇਹ ਵੀ ਇੱਕ ਜ਼ੁਲਮ ਹੈ। ਇਹ ਜਿੱਦਾਂ ਜਦੋਂ ਤੁਸੀਂ ਪਲੈਂਡ ਤਰੀਕੇ ਦੇ ਨਾਲ ਕਿਸੇ ਕੌਮ ਦੀ ਸਿਧਾਂਤਕ ਰੂਹ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਜ਼ੁਲਮ ਹੈ। ਉਸ ਜ਼ੁਲਮ ਦੇ ਤਰੀਕੇ ਨੇ, ਹੁਣ ਜਿਵੇਂ ਕਹਿੰਦੇ ਵੀ ਮੁਸਲਮਾਨ ਜਿਹੜਾ ਮੁਗਲ ਸਮਰਾਟ ਮੁਸਲਮਾਨ ਨਹੀਂ ਸੋਰੀ ਮੁਗਲ ਸਮਰਾਟ ਸੀ ਜਾਂ ਉਹ ਹਕੂਮਤਾਂ ਸੀ, ਉਹ ਜ਼ੋਰ ਦੇ ਨਾਲ ਦੂਜੇ ਧਰਮਾਂ ਨੂੰ ਖਤਮ ਕਰਨਾ ਚਾਹੁੰਦੇ ਸੀ ਉਹਨਾਂ ਦੀ ਰੂਹ ਨੂੰ, ਪਰ ਉਹ ਹਾਕਮ ਚਲੇ ਗਏ, ਅਗਲਾ ਹਾਕਮ ਆ ਗਿਆ ਇਹ ਬਾਹਮਣ। ਬਾਹਮਣ ਦਾ ਇਹ ਤਰੀਕਾ ਇਹਨਾਂ ਨੇ ਵਰਤ ਕੇ ਦੇਖ ਲਿਆ, ਆਪਰੇਸ਼ਨ ਬਲੂ ਸਟਾਰ ਕਰਕੇ ਦੇਖ ਲਿਆ, ਦਿੱਲੀ ਕਤਲੇਆਮ ਕਰਕੇ ਦੇਖ ਲਿਆ, ਪੰਜਾਬ ਦੇ ਵਿੱਚ ਸਿੱਖਾਂ ਦੇ ਨੌਜਵਾਨ ਮੁੰਡੇ ਝੂਠੇ ਮੁਕਾਬਲੇ ਚ ਮਾਰ ਕੇ ਦੇਖ ਲਏ, ਪਰ ਹੁਣ ਇਹਨਾਂ ਨੇ ਆਪਣੇ ਪੁਰਖਿਆਂ ਦੀ ਚਾਲ ਦੇ ਉੱਤੇ, ਚਾਣਕਿਆ ਦੇ ਚਾਲ ਦੇ ਉੱਪਰ, ਬ੍ਰਾਹਮਣ ਮਨੂ ਦੀ ਚਾਲ ਦੇ ਉੱਪਰ ਚੱਲ ਕੇ ਇਹਨਾਂ ਨੇ ਕੁਝ ਲੋਕਾਂ ਨੂੰ ਤਾਂ ਆਪਣਾ ਗੁਲਾਮ ਬਣਾ ਲਿਆ, ਸੂਬੇਦਾਰ ਬਣਾ ਲਿਆ, ਤੇ ਉਹਨਾਂ ਦੇ ਸਿਰ ਤੇ ਇਹ ਕਰਦੇ ਨੇ। ਪਰ ਮੈਂ ਦੂਰਗਾਮੀ ਤੌਰ ਤੇ ਇਹੀ ਕਹਾਂਗਾ ਕਿ ਸਾਨੂੰ ਹਜੇ ਸਾਡੀ ਪਾਰਟੀ ਨੂੰ ਵੀ ਤੇ ਉਹ ਸਿੱਖ ਜਿਹੜੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਸਿਧਾਂਤਕ ਜ਼ਿੰਦਗੀ ਜੀਣਾ ਚਾਹੁੰਦੇ ਨੇ ਜਾ ਕੇ ਤੋਰਨਾ ਚਾਹੁੰਦੇ ਨੇ, ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਤਾਂ ਕਰਨਾ ਪੈ ਸਕਦਾ, ਪਰ ਉਹਨਾਂ ਦਾ ਫਰਜ਼ ਬਣਦਾ ਕਿ ਉਹ ਆਵਾਮ ਨੂੰ ਇਸ ਗੱਲ ਨੂੰ ਸਮਝਾਉਂਦੇ ਨਾਲ ਨਾਲ ਚੱਲੀ ਜਾਣ ਕਿ ਜਿਹੜੀ ਚਾਲ ਚੱਲੀ ਜਾ ਰਹੀ ਹੈ ਉਹਦਾ ਅਸਲੀ ਅਰਥ ਕੀ ਹੈ। ਜੇਕਰ ਉਹ ਸਾਡੀ ਕੌਮ ਨੂੰ ਖਤਮ ਕਰਨਾ ਚਾਹੁੰਦੇ ਨੇ ਤਾਂ ਸਾਨੂੰ ਮੁਕਾਬਲਾ ਉਹਦਾ ਦਿਮਾਗੀ ਤੌਰ ਤੇ ਵੀ ਕਰਨਾ ਪਏਗਾ, ਲਿਖਤ ਦੇ ਤੌਰ ਤੇ ਵੀ ਕਰਨਾ ਪਏਗਾ, ਤੇ ਜੇ ਉਹ ਸਾਡੇ ਦੇ ਸਰੀਰਕ ਤਸੀਹੇ ਕਰਦੇ ਨੇ ਸਾਨੂੰ ਤਾਂ ਉਹ ਵੀ ਸਾਨੂੰ ਝੱਲਣੇ ਪੈਣਗੇ। ਇਹਦੇ ਵਿੱਚ ਸਾਨੂੰ ਸੋਚ ਕੇ ਚੱਲਣਾ ਚਾਹੀਦਾ, ਕਿਉਂਕਿ ਕੌਮਾਂ ਦੀ ਲੜਾਈ ਦੇ ਵਿੱਚ ਇਹ ਗੱਲਾਂ ਜਿਹੜੀਆਂ ਨੇ ਇਹ ਆਮ ਵਰਤ ਜਾਂਦੀਆਂ ਨੇ, ਦੁਨੀਆਂ ਦਾ ਇਤਿਹਾਸ ਇਹ ਗੱਲ ਸਾਨੂੰ ਦੱਸਦਾ ਹੈ। ਜੀ ਪ੍ਰੋਫੈਸਰ ਸਾਹਿਬ, ਅੰਤ ਦੇ ਵਿੱਚ ਮੈਂ ਇੱਕ ਸਵਾਲ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ ਕਿ ਜਿਹੜੀ ਇਹ ਸ਼ਹੀਦੀ ਕਾਨਫਰੰਸ ਹੋਈ ਹੈ ਇਹਦੇ ਵਿੱਚ ਬਾਹਰ ਜੋ ਮੀਡੀਆ ਦੇ ਵਿੱਚ ਆਇਆ, ਮੈਂ ਉਸੇ ਜਿਹੜੇ ਕੋਰਟ ਨੇ ਮੀਡੀਆ ਦੇ ਵਿੱਚ ਜੋ ਆਏ ਨੇ ਮੈਂ ਉਹਨਾਂ ਤੋਂ ਹੀ ਤੁਹਾਨੂੰ ਇਹ ਸਵਾਲ ਪੁੱਛ ਰਿਹਾ ਕਿ ਵੰਗਾਰ ਮੈਗਜ਼ੀਨ ਦੇ ਵਿੱਚ ਕਿਤੇ ਬੁਰਹਾਨ ਵਾਨੀ ਦਾ ਜ਼ਿਕਰ ਹੋਇਆ, ਉਹਨਾਂ ਦੀ ਫੋਟੋ ਲੱਗੀ ਹੈ ਜਿਹੜੇ ਕਸ਼ਮੀਰ ਦੇ ਮਿਲੀਟੈਂਟ ਲੀਡਰ ਹੋਏ ਨੇ, ਅਤੇ ਭਾਰਤ ਵੱਲੋਂ ਜਦੋਂ ਭਾਰਤ ਦੀ ਸਿਕਿਉਰਿਟੀ ਫੋਰਸਿਸ ਵੱਲੋਂ ਉਹਨਾਂ ਨੂੰ ਉੱਥੇ ਹਲਾਕ ਕੀਤਾ ਗਿਆ, ਸ਼ਹੀਦ ਕੀਤਾ ਗਿਆ, ਉਹਦੇ ਤੋਂ ਬਾਅਦ ਅੱਜ ਜਿਹੜੇ ਉੱਥੇ ਵੰਗਾਰ ਮੈਗਜ਼ੀਨ ਉੱਥੇ ਵਿਕਿਆ ਇਸ ਸ਼ਹੀਦੀ ਕਾਨਫਰੰਸ ਦੇ ਬਾਹਰ, ਅਤੇ ਭਾਰਤੀ ਮੀਡੀਆ ਵੱਲੋਂ ਉਹਨੂੰ ਇਹ ਕਹਿ ਕੇ ਪ੍ਰਚਾਰਿਆ ਗਿਆ ਕਿ ਅਕਾਲੀ ਦਲ ਅੰਮ੍ਰਿਤਸਰ ਦੀ ਕਾਨਫਰੰਸ ਦੇ ਵਿੱਚ ਇਹਨਾਂ ਨੂੰ ਜਿਹੜੇ ਬੁਰਹਾਨ ਵਾਨੀ ਇੱਕ ਅੱਤਵਾਦੀ ਨੇ, ਅਤੇ ਉਹਦੇ ਵਿੱਚ ਜਥੇਦਾਰ ਹਵਾਰਾ ਦੀ ਫੋਟੋ ਵੀ ਹੈ ਉਸ ਮੈਗਜ਼ੀਨ ਦੇ ਵਿੱਚ, ਅਤੇ ਬਾਕੀ ਜਿਹੜੇ ਸਿੰਘ ਸ਼ਹੀਦ ਹੋਏ ਆ ਉਹਨਾਂ ਦੀਆਂ ਫੋਟੋਆਂ ਵੀ ਮੌਜੂਦ ਨੇ, ਉਹਨਾਂ ਨੂੰ ਅੱਤਵਾਦ ਦੇ ਨਾਲ ਜੋੜ ਕੇ ਇੱਕ ਪ੍ਰਚਾਰ ਕੀਤਾ ਗਿਆ ਕਿ ਇਹ ਅੱਤਵਾਦ ਨੂੰ ਪ੍ਰਮੋਟ ਕਰ ਰਹੇ ਨੇ, ਉਸ ਪਾਰਟ ਨੂੰ ਜਦੋਂ ਜਿਹੜੀ ਇਹ ਮੀਡੀਆ ਦੇ ਵਿੱਚ ਖਬਰ ਆਈ ਹੈ ਅਤੇ ਇੰਡੀਅਨ ਮੀਡੀਆ ਵੱਲੋਂ ਇਹਨੂੰ ਵਾਹਵਾ ਪ੍ਰਚਾਰਿਆ ਵੀ ਗਿਆ, ਇਹਦੇ ਨਾਲ ਤੁਸੀਂ ਕਿਵੇਂ ਇਸ ਦਾ ਤੁਸੀਂ ਕੀ ਜਵਾਬ ਦੇਣਾ ਚਾਹੋਗੇ? ਦੇਖੋ ਟਾਈਮ ਘੱਟ ਹੈ, ਮੈਂ ਤੁਹਾਨੂੰ ਤੂੰ ਕਮਾਤਰ ਇਹ ਗੱਲ ਦੱਸਦਾ ਵੀ ਜਦੋਂ ਉਸੇ ਹੀ ਸੋਚ ਨੇ ਜਿਸ ਸੋਚ ਨੇ ਸਾਨੂੰ ਕਾਨਫਰੰਸ ਕਰਨ ਤੋਂ ਰੋਕਣ ਦੀ ਯੋਜਨਾ ਬਣਾਈ ਸੀ, ਉਹ ਜਦੋਂ ਫੇਲ ਹੋ ਗਈ ਕੱਲ ਐਗਜੈਕਟਲੀ 1:30 ਵਜੇ ਜਦੋਂ ਸੰਗਤ ਭਰ ਗਈ, 2 ਵਜੇ ਮੈਨੂੰ ਮੈਸੇਜ ਆ ਗਿਆ, ਮੇਰੇ ਕੋਲ ਅੱਜ ਵੀ ਸਾਂਭੇ ਪਏ ਨੇ ਟੀਵੀ ਚੈਨਲਾਂ ਦਾ, ਹਿੰਦੁਸਤਾਨੀਆਂ ਦਾ, ਅੱਡ ਅੱਡ ਚੈਨਲਾਂ ਤੋਂ, ਕਿ ਅਸੀਂ ਬੁਰਹਾਨ ਵਾਨੀ ਬਾਰੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ। ਸੋ ਮੈਂ ਟੀਵੀ ਚੈਨਲਾਂ ਤੇ ਫਤਿਹਗੜ੍ਹ ਸਾਹਿਬ ਦੀ ਕਾਨਫਰੰਸ ਤੋਂ ਬਾਅਦ ਗਿਆ ਤੇ ਉੱਥੇ ਮੈਂ ਇਹ ਗੱਲ ਕੀਤੀ ਹੈ। ਮੈਂ ਤੁਹਾਨੂੰ ਇਹ ਬੇਨਤੀ ਰੂਪ ਵਿੱਚ ਦੱਸਣਾ ਚਾਹੁੰਦਾ ਵੀ ਉਹਨਾਂ ਨੇ ਆਪਣੀ ਜਿਹੜੀ ਹਾਰ
ਇੰਡੀਆ ਦੀ, ਉਹਨਾਂ ਧਿਰਾਂ ਨੇ ਹੀ ਇਹ ਪ੍ਰਮੋਟ ਕੀਤਾ। ਜਦਕਿ ਜਿਹੜਾ ਵੰਗਾਰ ਮੈਗਜ਼ੀਨ ਦੇ ਵਿੱਚ ਬੁਰਹਾਨ ਵਾਨੀ ਦਾ ਲੇਖ ਲੱਗਿਆ, ਬਾਰੇ ਲੇਖ ਲੱਗਿਆ, ਉਹ ਇੱਕ ਸਾਲ ਪਹਿਲਾਂ ਸੀ। ਕੇਵਲ ਤਿੰਨ ਕਾਪੀਆਂ ਜਿਹੜੀਆਂ ਨੇ ਉਹਨਾਂ ਦੀਆਂ ਬਚੀਆਂ ਹੋਈਆਂ ਸੀ, ਉਹਨਾਂ ਨੇ ਇੱਥੇ ਲਿਆਂਦੀਆਂ, ਪਰ ਉੱਥੋਂ ਇਹ ਮੁੱਦਾ ਬਣਾ ਲਿੱਤਾ ਗਿਆ। ਮੁੱਦਾ ਹੈ ਨੀ ਸੀ, ਨਾ ਸਾਡੀ ਸਟੇਜ ਤੇ ਬੁਰਹਾਨ ਵਾਨੀ ਸਾਹਿਬ ਦਾ ਕੋਈ ਨਾਂ ਬੋਲਿਆ ਗਿਆ, ਨਾ ਉਹਦੇ ਤੇ ਕੋਈ ਡਿਸਕਸ਼ਨ ਹੋਈ ਹੈ, ਨਾ ਸਾਡੀ ਪਾਰਟੀ ਨੇ ਉਹ ਮੁੰਡੇ ਨੇ ਸਾਨੂੰ ਇੱਕ ਨਿਸ਼ਾਨਾ ਬਣਾ ਕੇ। ਕੱਲ ਦੇ ਜਦੋਂ ਤੁਸੀਂ ਦੇਖੋਗੇ ਦਿਨ ਰਾਤ ਦਾ, ਮੈਨੂੰ ਪਤਾ ਨੀ ਤੁਹਾਡਾ ਕੀ ਹਿਸਾਬ ਹੈ, ਥੋੜਾ ਜਿਹਾ ਫਰਕ ਹੈਗਾ ਆਪਾਂ ਨੂੰ ਪਤਾ ਹੈ, ਉਹ ਤੁਸੀਂ ਜਦੋਂ ਟੀਵੀ ਚੈਨਲ ਦੇਖੋਗੇ ਤਾਂ ਉੱਥੇ ਖਾਲਿਸਤਾਨ ਬੁਰਹਾਨ ਵਾਨੀ, ਖਾਲਿਸਤਾਨ ਬੁਰਹਾਨ ਵਾਨੀ ਬ੍ਰੇਕਿੰਗ ਨਿਊਜ਼, ਇਹ ਗੱਲ ਜਿਹੜੀ ਹੈ ਉਹ ਪ੍ਰਮੋਟ ਕੀਤੀ ਗਈ। ਉਹੀ ਗੱਲ ਹੈ, ਇਕਦਮ ਮੀਡੀਆ ਨੇ ਕੱਲ 6 ਟੀਵੀ ਚੈਨਲਾਂ ਤੇ ਇਸੇ ਹੀ ਮੁੱਦੇ ਤੇ ਇੱਕੋ ਟਾਈਮ ਤੇ 7 ਤੋਂ 8, 8 ਤੋਂ 9 ਡਿਬੇਟ, ਦੋ ਵਿੱਚ ਮੈਂ ਗਿਆ, ਇੱਕ ਵਿੱਚ ਜਸਕਰਨ ਸਿੰਘ ਗਏ ਨੇ, 3 ਅਸੀਂ ਕਵਰ ਕਰ ਸਕੇ ਹਾਂ, 3 ਤੇ ਹੁਣ ਨਹੀਂ ਜਾ ਸਕਿਆ ਸੀ ਕਿਉਂਕਿ ਇੱਕੋ ਟਾਈਮ ਸੀਗਾ। ਸੋ ਮੈਂ ਇਹ ਕਹਿੰਦਾ ਕਿ ਇਹ ਮੁੱਦਾ ਬਣਾਇਆ ਗਿਆ, ਜਦਕਿ ਮੈਂ ਉੱਥੇ ਕੱਲ ਵੀ ਕਹਿ ਕੇ ਆਇਆ, ਮੈਂ ਅੱਜ ਵੀ ਕਹਿੰਦਾ ਆਪ ਜੀ ਦੇ ਟੀਵੀ ਮਾਧਿਅਮ ਰਾਹੀਂ ਕਿ ਬੁਰਹਾਨ ਵਾਨੀ ਕਸ਼ਮੀਰ ਦੇ ਆਵਾਮ ਲੋਕਾਂ ਆਵਾਮ ਦਾ ਸ਼ਹੀਦ ਹੈ ਤੇ ਸਾਨੂੰ ਵੀ ਉਹਨੂੰ ਸ਼ਹੀਦ ਮੰਨਣ ਵਿੱਚ ਕੋਈ ਇਤਰਾਜ਼ ਨਹੀਂ ਹੈ, ਹਾਲਾਂਕਿ ਉਹ ਸਿੱਖਾਂ ਦਾ ਸ਼ਹੀਦ ਨਹੀਂ ਹੈ। ਪਰ ਇਹ ਜਾਣ ਬੁੱਝ ਕੇ ਮੁੱਦਾ ਬਣਾ ਕੇ ਸਾਡੇ ਉਸੇ ਹੀ ਕਾਨਫਰੰਸ ਦੇ ਵਿੱਚ, ਮਤਲਬ ਕਿ ਉਸੇ ਹੀ ਕਾਨਫਰੰਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨੀ, ਜਿਹੜੀ ਕਾਨਫਰੰਸ ਨੇ ਇਹਨਾਂ ਦੀ ਗੱਲ ਨੂੰ ਮੰਨਿਆ ਨਹੀਂ ਹੈ, ਇਹਨਾਂ ਦੀ ਯੋਜਨਾ ਨੂੰ ਖਤਮ ਕਰ ਦਿੱਤਾ, ਇਹ ਸਾਫ਼ ਦਿਸਦਾ ਹੈ ਕਿ ਇਹ ਜਿਹੜਾ ਇਹ ਹਿੰਦੂਤਵੀ ਦੇਸ਼ ਹੈ ਜਾਂ ਸੋਚ ਹੈ, ਇਹਦਾ ਅਸਲੀ ਮਕਸਦ ਕੀ ਹੈ। ਇਹ ਹੁਣ ਸਾਨੂੰ ਮਤਲਬ ਕਿ ਜਾਣ ਬੁੱਝ ਕੇ ਇੱਕ ਮੁੱਦੇ ਜਿਹੜੇ ਹੈ ਨੀ ਉਹਨਾਂ ਨੂੰ ਪ੍ਰਮੋਟ ਕਰਕੇ ਸਾਡੇ ਮੂੰਹ ਦੇ ਵਿੱਚ ਪਾਉਣਾ ਚਾਹੁੰਦੇ ਨੇ। ਇਹ ਵੈਸੇ ਮੈਂ ਇੱਥੇ ਨਹੀਂ ਦੱਸ ਸਕਦਾ, ਮੇਰੀਆਂ ਜਿਹੜੀਆਂ ਕੱਲ ਟੀਵੀ ਡਿਬੇਟਸ ਹੋਈਆਂ ਨੇ ਕੱਲ ਸ਼ਾਮ ਸਾਡੇ ਇੱਥੇ ਇੱਥੋਂ ਦੇ ਟਾਈਮ ਮੁਤਾਬਕ, ਉਹ ਉਹਨਾਂ ਤੋਂ ਬਿਲਕੁਲ ਸਪਸ਼ਟ ਹੋ ਜੂਗਾ ਕਿ ਅਸੀਂ ਉੱਥੇ ਕੀ ਜਵਾਬ ਦੇ ਕੇ ਆਏ ਹਾਂ। ਸੋ ਮੈਂ ਜੋ ਤੁਹਾਨੂੰ ਇੱਥੇ ਥੋੜੇ ਸਮੇਂ ਦੇ ਹਿਸਾਬ ਨਾਲ ਦੱਸਿਆ, ਉਹੀ ਗੱਲਾਂ ਅਸੀਂ ਕਿਹਾ। ਇਹ ਯੋਜਨਾ ਦੇ ਫੇਲ ਹੋਣ ਤੋਂ ਬਾਅਦ ਇੱਕਦਮ ਦੁਪਹਿਰ ਤੋਂ ਬਾਅਦ ਮੁੱਦਾ ਬਣਾ ਲਿਆ ਗਿਆ ਜੀ ਪ੍ਰੋਫੈਸਰ ਸਾਹਿਬ, ਇੱਕ ਸਾਲ ਪਹਿਲਾਂ ਉਹ ਮੈਗਜ਼ੀਨ ਛਪਿਆ ਸੀ ਜੀ। ਬਿਲਕੁਲ ਪ੍ਰੋਫੈਸਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਾਰੇ ਇਸ਼ੂ ਦੇ ਉੱਪਰ ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਦਰਸ਼ਕਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ TV84 ਦਾ ਅਮਰਵੀਰ ਸਿੰਘ ਜੀ ਤੁਹਾਡਾ ਤੇ ਸਾਰੇ ਸਰੋਤੇ ਜਿਹੜੇ ਸੁਣਦੇ ਸਾਰਿਆਂ ਦਾ ਰਿਣੀ ਹੁੰਦਾ ਹੋਇਆ, ਜਿਹੜਾ ਤੁਸੀਂ ਸਾਨੂੰ ਮੌਕਾ ਬਖਸ਼ਦੇ ਹੋ ਲੋਕਾਂ ਨਾਲ ਸਾਂਝ ਪਾਉਣ ਦਾ, ਸਭ ਦਾ ਰਿਣੀ ਹੁੰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮੋਹਿੰਦਰਪਾਲ ਸਿੰਘ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਅਤੇ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਵੀ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ 'ਤੇ ਮੇਲ ਕਰ ਸਕਦੇ ਹੋ। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦਿਆਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।